ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 2 ਹਫ਼ਤੇ ਪਹਿਲਾਂ ਹੀ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਜ਼ੋਰਦਾਰ ਚੋਣ ਮੁਹਿੰਮ ਦੌਰਾਨ ਘਟੋ-ਘਟ 2.1 ਕਰੋੜ ਅਮਰੀਕੀ ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰ ਚੁੱਕੇ ਨੇ ਫਲੋਰੀਡਾ ਯੂਨੀਵਰਸਿਟੀ ਦੀ ਚੋਣ ਪ੍ਰੋਗਯੋਗਸ਼ਾਲਾ ਦੇ ਅੰਕੜਿਆਂ ਮੁਤਾਬਕ ਲਗਭਗ 78 ਲੱਖ ਵੋਟਰਾਂ ਨੇ ਸ਼ੁਰੂਆਤੀ ਵਿਅਕਤੀਗਤ VOTING ਰਾਹੀਂ ਵੋਟ ਪਾਈ ਹੈ ਜਦਕਿ ਬਾਕੀ 1.3 ਕਰੋੜ ਵੋਟਾਂ ਪੋਸਟਲ ਬੈਲਟ ਰਾਹੀਂ ਪਈਆਂ ਨੇ ਭਾਰਤ ਚ ਹੋਣ ਵਾਲੀਆਂ ਆਮ ਚੋਣਾਂ ਚ ਜਿੱਥੇ VOTING ਤੋਂ 36 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ ਉੱਥੇ ਹੀ ਇਸਦੇ ਉਲਟ ਅਮਰੀਕਾ ਚ ਚੋਣ ਪ੍ਰਚਾਰ ਅਤੇ VOTING ਘੱਟੋ-ਘੱਟ 4 ਹਫ਼ਤਿਆਂ ਤੱਕ ਨਾਲੋ-ਨਾਲ ਚੱਲਦੀ ਰਹਿੰਦੀ ਹੈ ਅਮਰੀਕਾ ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਤੂ ਦਾ ਫੈਸਲਾ 7 ਰਾਜਾਂ ਅਰੀਜ਼ੋਨਾ, ਨਿਵਾਡਾ, ਵਿਸਕਾਂਸਿਨ, ਮਿਸ਼ੀਗਨ, ਪੈਂਸਿਲਵੇਨੀਆ, ਉੱਤਰੀ ਕੈਰੋਲਿਨਾ ਤੇ ਜਾਰਜੀਆ ਦੇ ਨਤੀਜਿਆਂ ਦੇ ਆਧਾਰ ਤੇ ਕੀਤਾ ਜਾਵੇਗਾ। ਅਮਰੀਕਾ 'ਚ ਸ਼ੁਰੂਆਤੀ VOTING ਅਮਰੀਕੀ VOTERਾਂ ਲਈ ਇੱਕ ਵਿਲੱਖਣ ਵਿਵਸਥਾ ਹੈ ਜਿਸ ਵਿੱਚ VOTER ਜਾਤਾ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਉਂਦੇ ਨੇ ਜਿਸ ਦੀ ਤੁਲਨਾ ਕੁਝ ਮਾਇਨੇ 'ਚ ਭਾਰਤ ਦੇ ਪੋਸਟਲ ਬੈਲਟ ਨਾਲ ਕੀਤੀ ਜਾ ਸਕਦੀ ਹੈ। ਜਾਂ ਨਿਰਧਾਰਤ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਵੋਟ ਪਾਉਂਦੇ ਨੇ ਜੋ ਕਈ ਰਾਜਾਂ 'ਚ ਅਸਲ VOTING ਦਿਨ ਤੋਂ ਕੁਝ ਪਹਿਲੇ ਹਫ਼ਤੇ ਖੁੱਲਦੇ ਨੇ ਫਲੋਰੀਡਾ ਯੂਨੀਵਰਸਿਟੀ ਦੀ ਇਲੈਕਸ਼ਨ ਲੈਬ ਦੇ ਅਨੁਸਾਰ ਏਸ਼ੀਆਈ ਅਮਰੀਕੀਆਂ 'ਚ ਸ਼ੁਰੂਆਤੀ VOTING ਸਿਰਫ 1.7 ਫੀਸਦੀ ਹੈ ਹਾਲਾਂਕਿ ਕਈ ਥਾਵਾਂ ਤੇ ਕਈ ਭਾਰਤੀ ਅਮਰੀਕੀ ਆਪਣੀ ਵੋਟ ਪਾਉਣ ਲਈ ਕਤਾਰਾਂ 'ਚ ਖੜੇ ਨਜ਼ਰ ਆਏ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਰੂਸ ਚੀਨ ਅਤੇ ਈਰਾਨ 5 ਨਵੰਬਰ ਨੂੰ ਦੇਸ਼ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਮਰੀਕੀਆਂ ਨੂੰ ਵੰਡ ਕੇ ਅਤੇ ਚੋਣਾਂ ਤੋਂ ਬਾਅਦ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਖੁਫੀਆ ਅਧਿਕਾਰੀਆਂ ਨੇ ਅਮਰੀਕੀ ਚੋਣਾਂ ਦੀ ਸੁਰੱਖਿਆ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਆਪਣੇ ਇਰਾਦਿਆਂ ਦੀ ਪੂਰਤੀ ਲਈ ਹਿੰਸਾ ਫੈਲਾਉਣ ਲਈ ਧਮਕੀਆਂ ਅਤੇ ਪ੍ਰੋਪਾਗੈਂਡਾ ਵੀ ਵਰਤ ਸਕਦੀਆਂ ਨੇ। ਇਹ ਤਾਕਤਾਂ ਅਨਿਸ਼ਚਿਤਤਾ ਪੈਦਾ ਕਰਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨਾ ਚਾਹੁੰਦੀਆਂ ਨੇ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਖਾਸ ਕਰਕੇ ਰੂਸ ਇਰਾਨ ਅਤੇ ਚੀਨ ਸਮਾਜ ਵਿੱਚ ਵਿਗਾੜ ਪੈਦਾ ਕਰਨ ਤੇ ਤਲੀਆਂ ਹੋਈਆਂ ਨੇ ਨੈਸ਼ਨਲ ਇੰਟੈਲੀਜੈਂਸ ਦਫ਼ਤਰ ਦੇ ਡਾਇਰੈਕਟਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਤਾਕਤਾਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਇਹਨਾਂ ਗਤੀਵਿਧੀਆਂ 'ਚ ਲਗਾਤਾਰ ਸਰਗਰਮ ਨੇ ਹਾਲਾਂਕਿ ਉਕਤ ਅਧਿਕਾਰੀ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਤਿੰਨੇ ਦੇਸ਼ ਸਾਂਝੇ ਤੌਰ ਤੇ ਇਹ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਦੀਆਂ ਚੋਣਾਂ ਤੋਂ ਬਾਅਦ ਕਿਸੇ ਅਮਰੀਕੀ ਵਿਰੋਧੀ ਵੱਲੋਂ ਸਿਆਸੀ ਹਿੰਸਾ ਭੜਕਾਉਣ ਦਾ ਖਤਰਾ ਜ਼ਿਆਦਾ ਹੈ 6 ਜਨਵਰੀ 2021 ਨੂੰ 트럼ਪ ਦੇ ਸਮਰਥਕਾਂ ਦੁਆਰਾ US ਕੈਪੀਟਲ ਤੇ ਹਮਲੇ ਨੇ ਵੀ ਇਹ ਉਜਾਗਰ ਕੀਤਾ ਕਿ ਚੋਣ ਨਤੀਜਿਆਂ ਬਾਰੇ ਕਿੰਨੀ ਆਸਾਨੀ ਨਾਲ ਝੂਠੇ ਅਤੇ ਗੁੰਮਰਾਹਕੁੰਨ ਦਾਅਵੇ ਅਸਲ ਸੰਸਾਰ ਚ ਘਾਤਕ ਕਾਰਵਾਈ ਨੂੰ ਸ਼ੁਰੂ ਕਰ ਸਕਦੇ ਨੇ ਇਸ ਵਿੱਚ ਕਿਹਾ ਗਿਆ ਹੈ ਕਿ VOTING ਵਾਲੇ ਦਿਨ ਅਤੇ ਨਵੇਂ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਦੇ ਵਿਚਕਾਰ ਦੀ ਮਿਆਦ ਖਾਸ ਤੌਰ ਤੇ ਜੋਖਮ ਵਾਲੀ ਹੈ ਇਸ ਦੌਰਾਨ ਗੁੰਮਰਾਹਕੁੰਨ ਦਾਅਵਿਆਂ ਤੇ ਬੇਨਿਯਮੀਆਂ ਦੇ ਦੋਸ਼ਾਂ ਕਾਰਨ ਚੋਣਾਂ 'ਚ ਵਿਗਨ ਪੈ ਸਕਦਾ ਹੈ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਧਰੂਵਿਕरण ਨੇ ਸਿਆਸੀ ਹਿੰਸਾ ਦਾ ਖਤਰਾ ਵਧਾ ਦਿੰਦਾ ਹੈ ਅਧਿਕਾਰੀਆਂ ਨੇ ਕਿਹਾ ਕਿ ਰੂਸ ਚੀਨ ਤੇ ਈਰਾਨ ਅਮਰੀਕਾ ਦੀ ਏਕਤਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਈਰਾਨ ਨੇ ਗਲਤ ਜਾਣਕਾਰੀ ਤੇ ਮੁਹਿੰਮ ਦੀਆਂ ਈਮੇਲਾਂ ਨੂੰ ਹੈਕ ਕਰਕੇ ਟਰੰਪ ਦੀ ਮੁਹਿੰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਉਹ ਦੇਸ਼ ਦੀ ਅਗਵਾਈ ਕਰਨ ਲਈ ਅਯੋਗ ਨੇ ਹੈਰਸ ਨੇ ਵਾਸ਼ਿੰਗਟਨ ਚ ਆਪਣੀ ਸਰਕਾਰੀ ਰਿਹੈਸ਼ ਤੇ ਪੱਤਰਕਾਰਾਂ ਨੂੰ ਕਿਹਾ ਕੱਲ ਸਾਨੂੰ ਪਤਾ ਲੱਗਾ ਕਿ ਡੋਨਾਲਡ 트੍ਰੰਪ ਦੇ ਚੀਫ ਆਫ ਸਟਾਫ ਰਹੇ ਜੌਨ ਕੈਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋਂ 트੍ਰੰਪ ਰਾਸ਼ਟਰਪਤੀ ਸਨ ਉਦੋਂ ਉਹ ਚਾਹੁੰਦੇ ਸਨ ਕਿ ਉਹਨਾਂ ਕੋਲ ਅਜੇਹੇ ਜਨਰਲ ਹੋਣ ਜੋ ਅਡੋਲਫ ਹਿਟਲਰ ਕੋਲ ਸਨ ਉਹਨਾਂ ਕਹਿਆ ਕਿ 트੍ਰੰਪ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਫੌਜ ਅਮਰੀਕੀ ਸੰਵਿਧਾਨ ਪ੍ਰਤੀ ਵਫਾਦਾਰ ਹੋਵੇ ਉਹ ਇੱਕ ਅਜਿਹੀ ਫੌਜ ਚਾਹੁੰਦੇ ਨੇ ਜੋ ਉਹਨਾਂ ਪ੍ਰਤੀ ਵਫਾਦਾਰ ਹੋਵੇ। ਉਹ ਅਜਿਹੀ ਫੌਜ ਚਾਹੁੰਦੇ ਨੇ ਜੋ ਨਿੱਜੀ ਤੌਰ ਤੇ ਉਹਨਾਂ ਪ੍ਰਤੀ ਵਫਾਦਾਰ ਹੋਵੇ ਜੋ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰੇ ਭਾਵੇਂ ਇਸ ਲਈ ਉਸ ਨੂੰ ਉਹਨਾਂ ਦੇ ਕਹਿਣ ਤੇ ਕਾਨੂੰਨ ਕਿਉਂ ਨਾ ਤੋੜਨਾ ਪਵੇ ਜਾਂ ਅਮਰੀਕੀ ਸੰਵਿਧਾਨ ਪ੍ਰਤੀ ਆਪਣੀ ਸੌਦੀ ਉਲੰਘਣਾ ਕਿਉਂ ਨਾ ਕਰਨੀ ਪਵੇ। ਹੈਰਿਸ ਨੇ ਕਿਹਾ ਪਿਛਲੇ ਹਫਤੇ ਦੌਰਾਨ ਡੋਨਲਡ ਟਰੰਪ ਨੇ ਵਾਰ-ਵਾਰ ਆਪਣੇ ਦੇਸ਼ ਵਾਸੀਆਂ ਨੂੰ ਅੰਦਰੂਨੀ ਦੁਸ਼ਮਣ ਕਿਹਾ ਤੇ ਇੱਥੋਂ ਤੱਕ ਕਿਹਾ ਕਿ ਉਹ ਅਮਰੀਕੀ ਨਾਗਰਿਕਾਂ ਵਿਰੁੱਧ ਫੌਜੀ ਵਰਤੋਂ ਕਰਨਗੇ। ਇਸ ਤੋਂ ਇੱਕ ਦਿਨ ਪਹਿਲਾਂ ਕੈਲੀ ਨੇ ਨਿਊਯਾਰਕ ਟਾਈਮਜ਼ ਨੂੰ ਇੱਕ ਇੰਟਰਵਿਊ 'ਚ ਕਿਹਾ ਸੀ ਯਕੀਨਨ ਸਾਬਕਾ ਰਾਸ਼ਟਰਪਤੀ 트ੰਪ ਸੱਜੇਪੱਖੀ ਵਿਚਾਰਧਾਰਤਾ ਰੱਖਦੇ ਨੇ ਉਹ ਨਿਸ਼ਚਿਤ ਤੌਰ ਤੇ ਇੱਕ ਸੱਤਾਵਾਦੀ ਨੇ ਤਾਨਾਸ਼ਾਹਾਂ ਦੀ ਪ੍ਰਸ਼ੰਸਾ ਕਰਦੇ ਨੇ ਉਹ ਨਿਸ਼ਚਿਤ ਤੌਰ ਤੇ ਸਰਕਾਰ ਪ੍ਰਤੀ ਤਾਨਾਸ਼ਾਹੀ ਰਵੱਈਆ ਨੂੰ ਤਰਜੀਹ ਦਿੰਦੇ ਨੇ ਉਹਨਾਂ ਅੱਗੇ ਕਿਹਾ ਕਿ 트ੰਪ ਨੇ ਕਦੇ ਵੀ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ ਕਿ ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਨਹੀਂ ਸਨ ਸ਼ਕਤੀਸ਼ਾਲੀ ਤੋਂ ਮੇਰਾ ਮਤਲਬ ਹੈ ਉਸ ਵਿਅਕਤੀ ਤੋਂ ਹੈ ਜੋ ਆਪਣੀ ਇੱਛਾ ਮੁਤਾਬਕ ਜੋ ਚਾਹੇ ਜਦੋਂ ਚਾਹੇ ਕੁਝ ਵੀ ਕਰ ਸਕਦਾ ਹੈ ਉੱਥੇ ਹੀ 트ੰਪ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨੂੰ 2 ਹਫ਼ਤੇ ਹੀ ਰਹਿ ਗਏ ਨੇ ਰਿਪਬਲਿਕਨ ਤੇ ਡੈਮੋਕ੍ਰੈਟਿਕ ਉਮੀਦਵਾਰ ਚੋਣ ਪ੍ਰਚਾਰ 'ਚ ਰੁੱਝੇ ਹੋਏ ਨੇ ਤੇ ਸਾਰੇ ਸਰਵੇਖਣ ਕਮਲਾ ਹੈਰਿਸ ਦੇ ਪੱਖ 'ਚ ਜਾ ਰਹੇ ਨੇ ਉਹ ਸਵਿੰਗ ਰਾਜਾਂ 'ਚ 트ੰਪ ਤੋਂ 2.5 ਫੀਸਦ ਅੰਕਾ ਨਾਲ ਅੱਗੇ ਹੈ ਉੱਥੇ ਹੀ ਕਮਲਾ ਹੈਰਿਸ ਨੂੰ ਅਰਬ ਪੱਤਿਆਂ ਦਾ ਸਮਰਥਨ ਦਿਨੋ-ਦਿਨ ਹੋਰ ਵੀ ਵਧਦਾ ਜਾ ਰਿਹਾ ਹੈ ਦਰਅਸਲ ਕਮਲਾ ਹੈਰਿਸ ਨੂੰ ਸਮਰਥਨ ਦੇਣ ਵਾਲਿਆਂ ਦੀ ਸੂਚੀ 'ਚ ਹੁਣ ਅਰਬਪਤੀ ਬਿਲ ਗੇਟਸ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ ਜਦਕਿ ਬਿਲ ਗੇਟਸ ਦੀ ਸਾਬਕਾ ਪਤਨੀ ਮੈਲਿੰਡਾ ਗੇਟਸ ਪਹਿਲਾਂ ਹੀ ਡੈਮੋਕ੍ਰੈਟਿਕ ਨੇਤਾ ਦੀ ਸਮਰਥਕ ਹੈ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਅਰਬਪਤੀ ਬਿਲ ਗੇਟਸ ਨੇ ਕਮਲਾ ਹੈਰਿਸਲੀ ਆਪਣਾ ਸਮਰਥਨ ਜ਼ਾਹਰ ਕੀਤਾ ਹੈ ਇਸ ਤੋਂ ਇਲਾਵਾ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਬਿਲ ਗੇਟਸ ਨੇ ਕਥਿਤ ਤੌਰ ਤੇ ਹਾਲ ਹੀ ਚ ਇੱਕ ਗੈਰ-ਲਾਭਕਾਰੀ ਸੰਸਥਾ ਨੂੰ ਲਗਭਗ 50 ਮਿਲੀਅਨ ਡਾਲਰ ਦਾ ਦਾਨ ਦਿੱਤਾ ਹੈ ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟ ਉਮੀਦਵਾਰ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਦੀ ਦੌੜ ਦਾ ਸਮਰਥਨ ਕਰ ਰਹੀ ਹੈ ਕਮਲਾ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਫੰਡ ਇਕੱਠਾ ਕਰਨ ਚ ਕਾਫੀ ਪਿੱਛੇ ਛੱਡ ਚੁੱਕੀ ਹੈ ਹਾਲ ਹੀ ਚ ਗੇਟਸ ਦੇ ਦਾਨ ਨਾਲ ਉਸ ਰਕਮ ਨੂੰ ਭਰਮਾ ਹੁਲਾਰਾ ਮਿਲਿਆ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਬਿਲ ਗੇਟਸ ਨੇ ਕਿਹਾ ਕਿ ਮੈਂ ਜੋ ਬਾਈਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਚੋਂ ਹਟਣ ਅਤੇ ਕਮਲਾ ਹੈਰਿਸ ਨੂੰ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ ਕਰਦਾ ਹਾਂ ਪਿਛਲੇ ਹਫਤੇ ਕਮਲਾ ਹੈਰਿਸ 60 ਸਾਲ ਦੀ ਹੋ ਗਈ ਹੈ ਡੋਨਲਡ ਟਰੰਪ 78 ਸਾਲ ਦੇ ਨੇ ਬਿਲ ਗੇਟਸ ਦੀ ਪਤਨੀ ਮਿਲਿੰਡਾ ਗੇਟਸ ਪਹਿਲਾਂ ਹੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ ਫੋਰਬਸ ਦੀ ਸੂਚੀ ਮੁਤਾਬਕ ਘੱਟੋ-ਘੱਟ 81 ਅਰਬ ਪਤਨੀਆਂ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ ਹਾਓ ਇੰਟਰਨੈਸ਼ਨਲ ਸਟੂਡੈਂਟਸ ਆਰ ਫਾਈਲਿੰਗ ਯੂਐਸ ਜੋਬਸ ਦੀ ਰਿਪੋਰਟ ਚ ਪਾਇਆ ਗਿਆ ਹੈ ਕਿ ਵਸ਼ਿੰਗਟਨ ਉੱਤਰੀ ਕੈਰੋਲਿਨਾ ਟੈਕਸਸ ਅਤੇ ਮਿਸ਼ੀਗਨ ਚ ਸਥਿਤ ਕੰਪਨੀਆਂ ਨੇ ਸਭ ਤੋਂ ਵੱਧ H1B ਵੀਜ਼ਾ ਅਰਜ਼ੀਆਂ ਲਈ ਵਿਦੇਸ਼ੀ ਨਾਗਰਿਕਾਂ ਨੂੰ ਸਪੌਂਸਰ ਕੀਤਾ ਹੈ 2023 ਚ ਅਮਰੀਕਾ ਚ H1B ਵੀਜ਼ਾ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਸਪੌਂਸਰ ਕਰਨ ਚ ਤਿੰਨ ਰਾਜਾਂ ਦੀਆਂ ਕੰਪਨੀਆਂ ਸਭ ਤੋਂ ਅੱਗੇ ਰਹੀਆਂ ਨੇ ਇਨ੍ਹਾਂ ਰਾਜਾਂ ਚ ਕੈਲੀਫੋਰਨੀਆ ਟੈਕਸਸ ਤੇ ਨਿਊਯਾਰਕ ਸ਼ਾਮਲ ਨੇ ਦੇਸ਼ ਭਰ ਚ H1B ਵੀਜ਼ਾ ਲਈ ਸਪੌਂਸਰ ਕੀਤੇ ਗਏ ਵਿਦੇਸ਼ੀਆਂ ਦੀ ਗਿਣਤੀ ਦਾ 39% ਹਿੱਸਾ ਕੈਲੀਫੋਰਨੀਆ ਟੈਕਸਸ ਤੇ ਨਿਊਯਾਰਕ ਦੀਆਂ ਕੰਪਨੀਆਂ ਦਾ ਏ ਜੇਕਰ ਮੈਸਾਚੂਸੈਟਸ ਵਰਜੀਨੀਆ ਤੇ ਮਿਸ਼ੀਗਨ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ 2023 ਚ ਸਪான்ਸਰ ਹੋਣ ਵਾਲੀਆਂ ਨੌਕਰੀਆਂ ਚ ਇਹ 6 ਰਾਜ 50% ਨੇ ਇਸੇ ਤਰ੍ਹਾਂ ਇਹ ਕੁਝ ਅਜਿਹੇ ਰਾਜ ਨੇ ਜਿੱਥੇ ਜੇਕਰ ਕੋਈ ਭਾਰਤੀ ਪੜ ਰਿਹਾ ਤਾਂ ਉਸ ਲਈ ਨੌਕਰੀ ਮਿਲਣ ਤੋਂ ਬਾਅਦ H1B ਵੀਜ਼ਾ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਜਾਵੇਗਾ ਰਿਪੋਰਟ ਚ ਇਹ ਦੱਸਿਆ ਗਿਆ ਕਿ ਨਿਊ ਮੈਕਸੀਕੋ ਨਿਵਾਡਾ ਕੋਲੋਰਾਡੋ TNSC ਅਤੇ ਮੌਂਟਾਨਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਕੋਲ H1B ਵੀਜ਼ਾ ਦਾ ਅਨੁਪਾਤ ਸਭ ਤੋਂ ਵੱਧ ਹੈ। ਇਸ ਦਾ ਮਤਲਬ ਹੈ ਕਿ ਇਹਨਾਂ ਰਾਜਾਂ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਨੌਕਰੀਆਂ ਮਿਲ ਰਹੀਆਂ ਨੇ। ਉੱਤਰੀ ਕੈਰੋਲਿਨਾ, ਮਿਸ਼ੀਗਨ ਤੇ ਵਰਜੀਨੀਆ ਵਿੱਚ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਜੋ ਵਿਦੇਸ਼ੀ ਵਿਦਿਆਰਥੀਆਂ ਲਈ ਬਹੁਤ ਉਦਾਰ ਨੇ ਅਤੇ ਉਹਨਾਂ ਨੂੰ ਨੌਕਰੀ 'ਤੇ ਰੱਖ ਰਹੀਆਂ ਨੇ। ਭਾਰਤੀਆਂ ਲਈ ਅਮਰੀਕਾ ਸ਼ੁਰੂ ਤੋਂ ਹੀ ਪਸੰਦੀਦਾ ਦੇਸ਼ ਰਿਹਾ ਹੈ। ਭਾਰਤੀ ਵਿਦਿਆਰਥੀ ਵੀ ਨੌਕਰੀ ਦੇ ਬਿਹਤਰ ਮੌਕਿਆਂ ਤੇ ਚੰਗੇ ਕੈਰੀਅਰ ਲਈ ਅਮਰੀਕਾ ਜਾਣ ਨੂੰ ਤਰਜੀਹ ਦਿੰਦੇ ਨੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਅਮਰੀਕਾ ਨੂੰ ਇਸ ਲਈ ਚੁਣਦੇ ਨੇ ਕਿਉਂਕਿ ਇੱਥੇ ਉਹਨਾਂ ਨੂੰ 3 ਸਾਲ ਦੀ OPT ਮਿਲਦੀ ਹੈ ਅਮਰੀਕਾ 'ਚ ਨੌਕਰੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ H1B ਵੀਜ਼ਾ ਪ੍ਰਾਪਤ ਕਰਨਾ ਇਸ ਵੀਜ਼ੇ ਰਾਹੀਂ ਕੰਪਨੀਆਂ ਵਿਦੇਸ਼ੀ ਨਾਗਰਿਕਾਂ ਨੂੰ ਵਿਸ਼ੇਸ਼ ਕੰਮ ਕਰਨ ਲਈ ਭਰਤੀ ਕਰਦੀਆਂ ਨੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਅਮਰੀਕਾ ਤੱਕ ਪਹੁੰਚਣ ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ ਵੱਡੀ ਗਿਣਤੀ ਚ ਭਾਰਤੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਲਈ ਹਜ਼ਾਰਾਂ ਡਾਲਰ ਅਦਾ ਕਰ ਰਹੇ ਨੇ ਪਰ ਇਹ ਰਾਹ ਆਸਾਨ ਨਹੀਂ ਹੈ ਇਸ ਚ ਨਾ ਸਿਰਫ ਵਿੱਤੀ ਸਗੋ ਜਾਣ ਦਾ ਖਤਰਾ ਵੀ ਹੈ ਅਮਰੀਕੀ ਸਮਾਚਾਰ ਆਊਟਲੈਟ ਸੀਐਨਐਨ ਨੇ ਇਸ ਰੂਟ ਦਾ ਖੁਲਾਸਾ ਕੀਤਾ ਜੋ ਕਈ ਦੇਸ਼ਾਂ ਚੋਂ ਗੁਜ਼ਰਦਾ ਹੈ ਬਹੁਤ ਸਾਰੇ ਲੋਕ ਇਸ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੀ ਲਾਲਸਾ ਚ ਫਸ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਕਮਾਈ ਬਰਬਾਦ ਕਰ ਬੈਠਦੇ ਨੇ ਸੀਐਨਐਨ ਨੇ ਅਜੇ ਹੀ ਇੱਕ ਪੀੜਤ ਦੇ ਹਵਾਲੇ ਨਾਲ ਦੱਸਿਆ ਕਿ ਉਸਨੇ ਏਜੰਟ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਲਈ 50000 ਡਾਲਰ ਦਿੱਤੇ ਸਨ ਇਹ ਇੱਕ ਜੋਖਮ ਭਰੀ ਯਾਤਰਾ ਹੈ ਇੱਕ ਚਿੰਤਾਜਨਕ ਰੁਝਾਨ ਦਾ ਹਿੱਸਾ ਹੈ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵਿਗੜ ਸਕਦੇ ਨੇ ਇਸ ਰਾਸ਼ਟਰਪਤੀ ਚੋਣ ਚ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਸੀਐਨਐਨ ਦੀ ਰਿਪੋਰਟ ਹੈ ਕਿ 4 ਸਾਲਾਂ ਚ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਚ ਨਾਟਕੀ ਢੰਗ ਨਾਲ ਵਾਧਾ ਹੋਇਆ ਸਰਕਾਰੀ ਅੰਕੜਿਆਂ ਮੁਤਾਬਕ 2018-2019 ਚ ਇਹ ਅੰਕੜਾ 8097 ਸੀ ਜੋ 2022-2023 ਚ ਵੱਧ ਕੇ 96917 ਹੋ ਗਈ ਹੈ ਹਾਲੀਆ ਪਿਓ ਖੋਜ ਦਰਸਾਉਂਦੀ ਹੈ ਕਿ ਸਾਲ 2022 ਤੱਕ ਉਹ ਮੈਕਸੀਕੋ ਅਤੇ ਅਲਸਲਵਾਡੋਰ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਣ ਵਾਲਾ ਤੀਜਾ ਸਭ ਤੋਂ ਵੱਡਾ ਸਮੂਹ ਬਣ ਗਏ ਹਨ ਭਾਰਤ ਦੇ ਹਰਿਆਣਾ ਅਤੇ ਪੰਜਾਬ ਖੇਤਰ ਤੋਂ ਜ਼ਿਆਦਾ ਨੌਜਵਾਨ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਸੀਐਨਐਨ ਨੂੰ ਦੱਸਿਆ ਕਿ ਉਸਦੇ ਵੱਡੇ ਭਰਾ ਨੇ ਪਿਛਲੇ ਸਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਸੀ ਉਸਨੇ ਦੱਸਿਆ ਕਿ ਪਰਿਵਾਰ ਨੇ ਡੌਂਕੀ ਰੂਟ ਰਾਹੀਂ ਭਰਾ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਲਈ 30000 ਡਾਲਰ ਇਕੱਠੇ ਕੀਤੇ ਸਨ ਸੀਐਨਐਨ ਨੇ ਕਈ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਮੈਂਬਰਾਂ ਨੇ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਸੀ ਡਾਂਕੀ ਰੂਟ ਜ਼ਰੀਏ ਅਮਰੀਕਾ ਜਾਣ ਵਾਲੇ ਸਭ ਤੋਂ ਪਹਿਲਾਂ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਪਹੁੰਚਦੇ ਨੇ ਜਿੱਥੇ ਵੀਜ਼ੇ ਆਸਾਨੀ ਨਾਲ ਮਿਲ ਜਾਂਦੇ ਨੇ ਉੱਥੇ ਉਹ ਪ੍ਰਵਾਸੀ ਤਸਕਰਾਂ ਨੂੰ ਮਿਲਦੇ ਨੇ ਜੋ ਉਹਨਾਂ ਨੂੰ ਖਤਰਨਾਕ ਜੰਗਲਾ ਰਾਹੀਂ ਅਮਰੀਕਾ ਮੈਕਸੀਕੋ ਸਰਹੱਦ ਤੱਕ ਲੈ ਕੇ ਜਾਂਦੇ ਨੇ ਅਮਰੀਕਾ ਪਹੁੰਚਣ ਤੋਂ ਬਾਅਦ ਉਹ ਕਸਟਮ ਅਤੇ ਬਾਰਡਰ ਅਧਿਕਾਰੀਆਂ ਦੁਆਰਾ ਫੜੇ ਜਾਣ ਦੀ ਉਡੀਕ ਕਰਦੇ ਨੇ ਜਦੋਂ ਕਸਟਮ ਅਧਿਕਾਰੀ ਪਹੁੰਚਦਾ ਹੈ ਤਾਂ ਪਹੁੰਚਣ ਵਾਲੇ ਲੋਕ ਆਪਣੇ ਆਪ ਨੂੰ ਪੀੜਿਤ ਹੋਣ ਦਾ ਦਾਵਾ ਕਰਦੇ ਨੇ ਤੇ ਦੇਸ਼ 'ਚ ਖਤਰੇ 'ਚ ਨੇ ਅਤੇ ਸ਼ਰਨ ਮੰਗਦੇ ਨੇ ਅਧਿਕਾਰੀ ਪਹਿਲਾਂ ਇਹ ਨਿਰਧਾਰਤ ਕਰਦੇ ਨੇ ਕਿ ਕੀ ਵਿਅਕਤੀ ਸਰੀਰਕ ਖਤਰੇ ਦੇ ਵਿੱਚ ਹੈ ਜਾਂ ਨਹੀਂ ਇਸ ਤੋਂ ਬਾਅਦ ਉਹਨਾਂ ਨੂੰ ਪਾਣੀ ਦੀ ਬੋਤਲ ਦਿੱਤੀ ਜਾਂਦੀ ਹੈ ਅਮਰੀਕੀ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਰਨ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸੁਣਵਾਈ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਸਟਮ ਅਧਿਕਾਰੀ ਆਪਣੀ ਸੁਰੱਖਿਆ ਜਾਂਚ ਕਰਦੇ ਨੇ ਤੇ ਪ੍ਰਵਾਸੀਆਂ ਦੀ ਇੰਟਰਵਿਊ ਕੀਤੀ ਜਾਂਦੀ ਹੈ ਜਾਂਚ ਤੋਂ ਬਾਅਦ ਅਧਿਕਾਰੀ ਫੈਸਲਾ ਕਰਦਾ ਹੈ ਕਿ ਉਹਨਾਂ ਦੀ ਸ਼ਰਨ ਦੀ ਅਰਜ਼ੀ ਤੇ ਵਿਚਾਰ ਕਰਨਾ ਹੈ ਜਾਂ ਨਹੀਂ ਅਜਿਹਾ ਹੋਣ ਚ ਕਈ ਸਾਲ ਲੱਗ ਸਕਦੇ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ